ਸਤਿ ਸ਼੍ਰੀ ਅਕਾਲ ਪੁੱਤਰ ਜੀ ਅੱਜ ਆਪਾਂ ਆਪਣੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਚੈਪਟਰ 8 ਸਾਰਾ ਜੱਗ ਜਿੱਤਿਆ ਨਹੀਂ ਜਾਂਦਾ ਨੂੰ ਪੜਾਂਗੇ ਬੇਟਾ ਜੀ ਇਹ ਇੱਕ ਕਹਾਣੀ ਹੈ ਇਸ ਕਹਾਣੀ ਦੀ ਲੇਖਿਕਾ ਸ਼੍ਰੀਮਤੀ ਨਿਤਾਸ਼ਾ ਕੋਹਲੀ ਹੈ ਔਰ ਇਸ ਕਹਾਣੀ ਦੇ ਵਿੱਚ ਸਾਨੂੰ ਲੇਖਿਕਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਅਕਸਰ ਇਨਸਾਨ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਆਪਣਾ ਹੀ ਨੁਕਸਾਨ ਕਰਵਾ ਜਾਂਦਾ ਹੈ ਸੋ ਸਾਨੂੰ ਕਦੇ ਵੀ ਦੂਸਰਿਆਂ ਨੂੰ ਖੁਸ਼ ਨਹੀਂ ਰੱਖਣਾ ਚਾਹੀਦਾ ਸਗੋਂ ਆਪਣੇ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ ਇਹੋ ਜਿਹੀ ਹੀ ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨ ਲਾਈਫ ਦੇ ਵਿੱਚੋਂ ਆ ਜਾਂਦੀਆਂ ਨੇ ਕਿ ਅਸੀਂ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ ਕਹਿ ਲਓ ਕਿ ਜਾਂ ਸਾਡੇ ਦਿਲ ਦਿਮਾਗ ਦੇ ਵਿੱਚ ਇੱਕ ਸੋਚ ਹੁੰਦੀ ਆ ਕਿ ਜੇਕਰ ਅਸੀਂ ਇੱਦਾਂ ਨਾ ਕੀਤਾ ਤਾਂ ਸਾਨੂੰ ਕੀ ਕਹਿਣਗੇ ਸਾਡੇ ਬਾਰੇ ਲੋਕਾਂ ਦੀ ਵਿਚਾਰਧਾਰਾ ਕੀ ਹੋਵੇਗੀ ਠੀਕ ਹੈ ਜੇ ਅਸੀਂ ਇੱਦਾਂ ਜਵਾਬ ਦੇਵਾਂਗੇ ਲੋਕ ਸਾਨੂੰ ਗਲਤ ਸਮਝਣਗੇ ਕਹਿੰਦੇ ਕਿ ਇਹੋ ਜਿਹੀ ਸੋਚ ਬਿਲਕੁਲ ਨਹੀਂ ਰੱਖਣਾ ਚਾਹੀਦੀ ਹਮੇਸ਼ਾ ਤੁਸੀਂ ਆਪਣਾ ਫਾਇਦਾ ਆਪਣਾ ਨੁਕਸਾਨ ਦੇਖ ਕੇ ਹੀ ਚੱਲੋ ਤਾਂ ਜੋ ਤੁਹਾਨੂੰ ਆਪਣੇ ਨੁਕਸਾਨ ਦਾ ਕਦੇ ਵੀ ਮੂੰਹ ਨਾ ਦੇਖਣਾ ਪਵੇ ਇਸ ਲਈ ਹਮੇਸ਼ਾ ਉਹੀ ਕੰਮ ਕਰੋ ਜੋ ਤੁਹਾਡੇ ਫਾਇਦੇ ਵਿੱਚ ਹੋਵੇ ਕਦੇ ਵੀ ਦੂਸਰਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪਣਾ ਨੁਕਸਾਨ ਨਹੀਂ ਕਰਵਾਉਣਾ ਚਾਹੀਦਾ ਸੋ ਆਓ ਬੇਟਾ ਆਪਾਂ ਇਹ ਕਹਾਣੀ ਪੜ੍ਹਦੇ ਹਾਂ ਸਾਰੇ ਹੀ ਬੱਚਿਆਂ ਦੇ ਹੱਥ ਵਿੱਚ ਪੈਨ ਪੈਨਸਿਲ ਜ਼ਰੂਰ ਹੋਵੇ ਤੁਸੀਂ ਦੇਖਦੇ ਵੀ ਹੋਵੋਗੇ ਸਕਰੀਨ ਦੇ ਵਿੱਚ ਕਿ ਕਿੰਨੇ ਹੀ ਸਾਰੇ ਲੈਸਨ ਦੇ ਵਿੱਚ ਵਰਡ ਮੀਨਿੰਗ ਕੀਤੇ ਹੋਏ ਆ ਸੋ ਤੁਸੀਂ ਵੀ ਸਾਰਿਆਂ ਨੇ ਆਪਣੀਆਂ ਬੁੱਕਸ ਦੇ ਵਿੱਚ ਇਹ ਵਰਡ ਮੀਨਿੰਗ ਜਿਹੜੇ ਆ ਉਹ ਨਾਲ ਦੀ ਨਾਲ ਲਿਖਣੀ ਆ ਇੱਕ ਕਿਸਾਨ ਕੋਲ ਇੱਕ ਖੋਤਾ ਸੀ ਕਿਸਾਨ ਕਿਹਨੂੰ ਕਹਿੰਦੇ ਆ ਕਿਸਾਨ ਨੂੰ ਕਿਸਾਨ ਜੋ ਖੇਤਾਂ ਦੇ ਵਿੱਚ ਫਸਲਾਂ ਉਗਾਉਂਦਾ ਆ ਕਿਸਾਨ ਨੂੰ ਪੈਸੇ ਚਾਹੀਦੇ ਸਨ ਉਸਨੇ ਸੋਚਿਆ ਕਿ ਸ਼ਹਿਰ ਜਾ ਕੇ ਖੋਤੇ ਨੂੰ ਵੇਚ ਦਿੰਦੇ ਹਾਂ ਕੁਝ ਪੈਸੇ ਮਿਲ ਜਾਣਗੇ ਕਹਿੰਦੇ ਇੱਕ ਕਿਸਾਨ ਦੇ ਕੋਲ ਖੋਤਾ ਸੀ ਉਹਨੇ ਸੋਚਿਆ ਕਿ ਮੈਂ ਉਹਨੂੰ ਕੁਝ ਪੈਸੇ ਚਾਹੀਦੇ ਸੀ ਉਹਨੇ ਸੋਚਿਆ ਕਿ ਮੈਂ ਸ਼ਹਿਰ ਜਾ ਕੇ ਇਸ ਖੋਤੇ ਨੂੰ ਵੇਚ ਦਿੰਦਾ ਹਾਂ ਤੇ ਮੈਨੂੰ ਕੁਝ ਪੈਸੇ ਮਿਲ ਜਾਣਗੇ ਇੱਕ ਦਿਨ ਸਵੇਰੇ ਸਵੇਰੇ ਆਪਣੇ 10-12 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵੱਲ ਨੂੰ ਚੱਲ ਪਿਆ ਅੰਡਰਲਾਈਨ ਕਰੋ ਕਿਸਾਨ ਦੇ ਪੁੱਤਰ ਦੀ ਉਮਰ ਕਿੰਨੀ ਸੀ 10-12 ਸਾਲ ਉਹ 10-12 ਸਾਲ ਦੀ ਉਮਰ ਦੇ ਵਿਚਕਾਰ ਦਾ ਸੀ ਅੱਗੇ ਅੱਗੇ ਖੋਤਾ ਤੇ ਪਿੱਛੇ ਪਿੱਛੇ ਪਿਓ ਪੁੱਤਰ ਤੁਰਦੇ ਜਾ ਰਹੇ ਸਨ ਹੁਣ ਉਹ ਸ਼ਹਿਰ ਨੂੰ ਜਾ ਰਿਹਾ ਸ਼ਹਿਰ ਨੂੰ ਜਾ ਰਿਹਾ ਕਿ ਉਹਨਾਂ ਦਾ ਖੋਤਾ ਤਾਂ ਅੱਗੇ ਅੱਗੇ ਸੀ ਪਰ ਉਹ ਦੋਨੋਂ ਪਿਓ ਪੁੱਤਰ ਉਸ ਦੇ ਖੋਤੇ ਦੀ ਸਵਾਰੀ ਕਰਨ ਦੀ ਥਾਂ ਪਿੱਛੇ ਪਿੱਛੇ ਉਹਦੇ ਤੁਰ ਰਹੇ ਸਨ ਅਜੇ ਕੁਝ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਕੁਝ ਕੁੜੀਆਂ ਮਿਲ ਪਈਆਂ ਉਹ ਉਹਨਾਂ ਨੂੰ ਦੇਖ ਕੇ ਹੱਸ ਪਈਆਂ ਅਤੇ ਇੱਕ ਦੂਜੀ ਨੂੰ ਕਹਿਣ ਲੱਗੀਆਂ ਦੇਖੋ ਭਲਾ ਇਹਨਾਂ ਮੂਰਖਾਂ ਕੋਲ ਚੰਗਾ ਭਲਾ ਖੋਤਾ ਹੈ ਸਵਾਰੀ ਕਰਨ ਲਈ ਇਹ ਪਿਓ ਪੁੱਤਰ ਨਾਲ ਨਾਲ ਪੈਦਲ ਤੁਰੇ ਜਾਂਦੇ ਹਨ ਉਹ ਦੋਨੋਂ ਤਿੰਨੋਂ ਜਣੇ ਜਾ ਰਹੇ ਸੀ ਕੌਣ ਕੌਣ ਖੋਤਾ ਕਿਸਾਨ ਤੇ ਉਹਦਾ ਪੁੱਤਰ ਤਾਂ ਉਹ ਦੇਖ ਕੇ ਹੱਸਣ ਲੱਗ ਜਾਂਦੀਆਂ ਆ ਕਿ ਇਹਨਾਂ ਮੂਰਖਾਂ ਕੋਲ ਇੱਕ ਖੋਤਾ ਤਾਂ ਹੈ ਇਹ ਉਹਦੀ ਸਵਾਰੀ ਕਰਨ ਦੀ ਥਾਂ ਉਹਦੇ ਪਿੱਛੇ ਪਿੱਛੇ ਪੈਦਲ ਜਾ ਰਹੇ ਨੇ ਇਹ ਪੁੱਤਰ ਕਿਸਾਨ ਉਹਨਾਂ ਦੀ ਗੱਲ ਸੁਣ ਕੇ ਕੁਝ ਸ਼ਰਮਿੰਦਾ ਜਿਹਾ ਹੋ ਗਿਆ ਤਾਂ ਉਹਨੇ ਕੀ ਕੀਤਾ ਫਿਰ ਸੋਚ ਵਿਚਾਰ ਕੇ ਉਹ ਉਸਨੇ ਕਿਸਾਨ ਉਹਨਾਂ ਦੀਆਂ ਗੱਲਾਂ ਸੁਣ ਕੇ ਕੁਝ ਸ਼ਰਮਿੰਦਾ ਜਿਹਾ ਹੋ ਗਿਆ ਸੋਚ ਵਿਚਾਰ ਕੇ ਉਹਨੇ ਆਪਣੇ ਪੁੱਤਰ ਨੂੰ ਖੋਤੇ ਤੇ ਬਿਠਾ ਦਿੱਤਾ ਤੇ ਆਪ ਪੈਦਲ ਤੁਰਨ ਲੱਗ ਪਿਆ ਫਿਰ ਉਹਨੇ ਕੀ ਸੋਚਿਆ ਕਿ ਚੱਲ ਮੈਂ ਤੇ ਵੱਡਾ ਆ ਮੈਂ ਪੈਦਲ ਵੀ ਤੁਰ ਸਕਦਾ ਹਾਂ ਆਪਣੇ ਪੁੱਤਰ ਨੂੰ ਕਿਉਂ ਨਾ ਮੈਂ ਖੋਤੇ ਤੇ ਬਿਠਾ ਦਵਾਂ ਸੋ ਆਪਣੇ ਪੁੱਤਰ ਨੂੰ ਹੀ ਖੋਤੇ ਤੇ ਬਿਠਾ ਦਿੰਦਾ ਹੈ ਅਜੇ ਉਹ ਥੋੜੀ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਦੋ ਆਦਮੀ ਮਿਲ ਗਏ ਪਹਿਲਾ ਕੌਣ ਮਿਲਿਆ ਕੁੜੀਆਂ ਫਿਰ ਕੌਣ ਮਿਲੇ ਦੋ ਆਦਮੀ ਉਹ ਉਹਨਾਂ ਨੂੰ ਜਾਂਦਿਆਂ ਦੇਖ ਕੇ ਕਹਿਣ ਲੱਗੋ ਕੀ ਲੱਗੇ ਕਹਿਣ ਦੇਖੋ ਇਸ ਮੁੰਡੇ ਨੂੰ ਹੱਟਾ ਕੱਟਾ ਹੱਟਾ ਕੱਟਾ ਮੀਨਸ ਤੰਦਰੁਸਤ ਜੋ ਸਰੀਰਕ ਪੱਖੋਂ ਬਿਲਕੁਲ ਸੋਹਣਾ ਹੋਵੇ ਸਹੀ ਹੋਵੇ ਆਪ ਖੋਤੇ ਤੇ ਚੜਿਆ ਬੈਠਾ ਹੈ
ते प्यो पुत बुढ़ा प्यो लत्ता कसीड़दा तुरदा जांदा है। लत्ता कसीड़दा अंडरलाइन करो, एक मुहावरा बेटा। लत्ता कसीटनिया मुहावरा या एक, एदा अर्थ किया होली होली तुरना। एदा अर्थ भी लिखो होली होली तुरना। अज दे मुंडिया नू मां प्यो दा रता ध्यान नहीं, रता थोड़ा जिन्ना भी, थोड़ा जिन्ना भी ध्यान नहीं। क्यों ध्यान नहीं है? क्योंकि वो आप देखो किंदे खोते ते बैठा है, ते प्यो जड़ा बुजुर्ग है वो पीछे होली होली तुरदा आ रहा है। उन्ना दी गल सुन के किसान फिर परेशान हो गया। ओनू लग्या कि लोग ए हुण फिर सानू कुछ ना कुछ कही जा रहा। सो जड़ा किसान सीगा वो परेशान हो गया। ओने मुंडे नू खोते तो उतार दिता ते आप उस दी थां ते बह गया। हुण मुंडा भज भज के खोते नाल अपनी चाल मिला रहा सी। खोता सी तेज दौड़ रहा सी, ठीक है। सो ओ की कर रहा सीगा? खोते वांग तेज भजन दी कोशिश कर रहा सी, ते नाले साव साह हो रहा सी। ए भी एक मुहावरा या, अंडरलाइन करो। साहो साह होना, साह चढ़िया होना, साह चढ़िया होना। जदों तुसी बहुत तेज तुरदे हो, साडा भी साह ना साह नहीं लगदा हुंदा, तुसी भी इस तरह करदे हुंदे हो ना, इसे तरह ही वो मुंडा भी कर रहा सी। दो आजड़ी राह विच भेडा चार रहे सी। आजड़ी किस नूं कहंदे आ? भेडा चारण वाले नूं। बहुते शब्दां थां शब्द आपां पढ़दे आ ना, भेडा चारण वाला आजड़ी। सो कहिंदे दो आजड़ी जिहड़े सीगे ओह रस्ते विच भेडा चार रहे सन। जदों उन्हां ने इह नज़ारा वेख्या तां इक दूजे नूं कहण लगे, देखो बुढ़े दी अकल नूं। हुण देखो ओह आपदे प्यो नूं दोष देण लग गए। मलूक जिहा बच्चा भज भज साहो साह होया पिया। मलूक कोमल नाजुक छोटा जिहा बच्चा भज भज के उन्हें साह चढ़ाया होया, आप नवाब बनिया खोते ते सवार बैठा है। उदे प्यो नूं की कहंदे ने कि आप प्यो खोते ते सवार बैठा है नवाब वांग, ते पुत्तर उहदा भज भज के हालो बेहाल हो गया है। ए सुन के किसान ने अपने पुत्तर नूं वाज मारी, आ जा पुत्रा तू भी मेरे नाल खोते ते बैठ जा, हुण सानू कोई कुछ कह के तां देखे। ए कह के उसने मुंडे नूं भी अपने नाल खोते ते चढ़ा लिया। ओ दोवें प्यो पुत्तर खुशी खुशी झूटे लेंदे शहर वल जा रहे सन। इन्ने नूं शहरों वापस आ रहे कुछ बंदे उन्हां नूं टक्कर गए। ओ प्यो पुत्तर नूं खोते ते सवार देख के हैरान ते परेशान होए, ते बोलणों ना रह सके। खोता किसे दा चोरी करके लियाए हो? जेहड़ा लगे हो लाहा लैण। लाहा लैणा किया? एक मुहावरा, मीन्स फायदा उठाना जा फायदा लैणा। बेटा जिन्ने भी थानू मैं मुहावरे अंडरलाइन करा रही हाँ, तो तुसी सारिया ने ओ मुहावरे अंडरलाइन करने आ और उन्हां दे अर्थ भी लिखने आ, ठीक है बेटा जी? हाँ जी। विचारे विचारा दुहाडे दोहां दे भार नाल दबिया पिया है। तुहाडे विच थोड़ी बहुती इंसानियत है कि नहीं? उन देखो वो जिहड़े शहरों वापस परत रहे लोग सीगे, उन्होंने ने किसान नूं बोलना शुरू कर दिता कि तुसी दोनों ने एक खोता किधरों चुरा के लिया है जो इसी इस तरह उहदे उपर चढ़ के फायदा उठा रही हो। ਤੁਹਾਡੇ ਵਿੱਚ ਕਹਿੰਦੇ ਇਨਸਾਨੀਅਤ ਹੈ ਕਿ ਤੁਸੀਂ ਇਹਨਾਂ ਦੋਨੋਂ ਜਣੇ ਹੱਟੇ ਕੱਟੇ ਹੋ ਔਰ ਇਸ ਖੋਤੇ ਦੀ ਸਵਾਰੀ ਕਰ ਰਹੇ ਹੋ। ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁਝ ਤਾਂ ਤਰਸ ਕਰੋ। ਉਹਨਾਂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਖੋਤੇ ਤੋਂ ਹੇਠਾਂ ਉੱਤਰ ਆਏ। ਉਹ ਫਿਰ ਹੋਰ ਦੁਖੀ ਹੋ ਗਏ, ਉਹਨਾਂ ਨੂੰ ਵੀ ਲੱਗਿਆ ਕਿ ਸ਼ਾਇਦ ਉਹ ਗਲਤ ਕਰ ਰਹੇ ਨੇ, ਤਾਂ ਉਹਨਾਂ ਨੇ ਕੀ ਕੀਤਾ? ਖੋਤੇ ਤੋਂ ਹੇਠਾਂ ਆਉਣਾ ਹੀ ਚੰਗਾ ਸਮਝਿਆ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰਨ। ਰਾਹ ਜਾਂਦਾ ਹਰ ਕੋਈ ਕੁਝ ਨਾ ਕੁਝ ਕਹੀ ਜਾ ਰਿਹਾ ਸੀ, ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਜਦੋਂ ਉਹ ਪੈਦਲ ਤੁਰ ਰਹੇ ਸੀ
ਤਾਂ ਦੋ ਕੁੜੀਆਂ ਨੇ ਉਹਨਾਂ ਨੂੰ ਕਮੈਂਟ ਦੱਸਿਆ, ਕਹਿ ਲਓ ਕਿ ਉਹਨਾਂ ਨੂੰ ਕੁਝ ਕਿਹਾ। ਫਿਰ ਉਹਨਾਂ ਨੂੰ ਦੋ ਆਜੜੀ ਮਿਲੇ, ਆਜੜੀਆਂ ਨੇ ਉਹਨਾਂ ਨੂੰ ਕਿਹਾ। ਫਿਰ ਉਹਨਾਂ ਨੂੰ ਜਿਹੜੇ ਅੱਗੇ ਉਹ ਕੁਝ ਵਿਅਕਤੀ ਮਿਲੇ ਉਹਨਾਂ ਨੇ ਕਿਹਾ। ਹੁਣ ਰਾਹੋਂ ਜਿਹੜੇ ਸ਼ਹਿਰ ਤੋਂ ਲੋਕ ਵਾਪਸ ਆ ਰਹੇ ਸੀਗੇ ਉਹ ਵੀ ਉਹਨਾਂ ਨੂੰ ਜ਼ਾਲਮ ਤੇ ਬੇਦਰਦ ਹੀ ਸਮਝ ਰਹੇ ਸੀ, ਜਿਸ ਕਰਕੇ ਉਹਨਾਂ ਨੂੰ ਹੁਣ ਇਹ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰਨ। ਉਹਨਾਂ ਨੇ ਖੋਤੇ ਨੂੰ ਚੁੱਕ ਕੇ ਲਿਜਾਣ ਦੀ ਤਰਕੀਬ ਸੋਚੀ, ਤਰਕੀਬ ਯੋਜਨਾ ਵਿਉਂਤ। ਉਹਨਾਂ ਦੋਹਾਂ ਨੇ ਖੋਤੇ ਦੀਆਂ ਲੱਤਾਂ ਦੋ ਦੋ ਕਰਕੇ ਬੰਨ੍ਹ ਦਿੱਤੀਆਂ। ਖੋਤੇ ਦੀਆਂ ਲੱਤਾਂ ਚਾਰ ਹੁੰਦੀਆਂ ਨਾ, ਦੋ ਉਹਨਾਂ ਨੇ ਮੋਲੀਆਂ ਬੰਨ੍ਹਤੀਆਂ, ਦੋ ਪਿਛਲੀਆਂ ਬੰਨ੍ਹ ਦਿੱਤੀਆਂ। ਠੀਕ ਹੈ, ਫਿਰ ਕੀ ਕੀਤਾ ਉਹਨਾਂ ਨੇ, ਇੱਕ ਡਾਂਗ ਜਿਹੜੀ ਸੀਗੀ ਉਹ ਲੰਘਾ ਦਿੱਤੀ, ਤੇ ਇਸ ਤਰ੍ਹਾਂ ਕਰਕੇ ਦੋਨੋਂ ਪਿਓ ਪੁੱਤ ਨੇ ਖੋਤੇ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ। ਇੱਕ ਸਾਈਡ ਤੋਂ ਪਿਤਾ ਨੇ, ਇੱਕ ਸਾਈਡ ਤੋਂ ਪੁੱਤਰ ਨੇ, ਵਿਚਕਾਰ ਦੇ ਵੀ ਜਿਹੜਾ ਖੋਤਾ ਸੀਗਾ ਉਹ ਲਟਕਿਆ ਹੋਇਆ ਸੀ ਡਾਂਗ ਉੱਪਰ। ਇੱਕ ਪਾਸੇ ਉਹ ਪਿਓ ਨੇ ਡਾਂਗ ਮੋਢੇ ਤੇ ਰੱਖੀ ਤੇ ਦੂਜੇ ਪਾਸੇ ਉਹ ਪੁੱਤਰ ਨੇ ਡਾਂਗ ਮੋਢੇ ਤੇ ਰੱਖ ਲਈ। ਹੁਣ ਪਿਓ ਪੁੱਤਰ ਸ਼ਹਿਰ ਵੱਲ ਨੂੰ ਚੱਲ ਪਏ। ਰਸਤੇ ਵਿੱਚ ਇੱਕ ਪੁੱਲ ਆਉਂਦਾ ਸੀ, ਉਹ ਪੁੱਲ ਪਾਰ ਕਰ ਰਹੇ ਸਨ। ਦੋਹਾਂ ਦੇ ਮੋਢਿਆਂ ਤੇ ਰੱਖੀ ਡਾਂਗ ਵਿਚਾਲੇ ਲਟਕਦੇ ਖੋਤੇ ਦਾ ਨਜ਼ਾਰਾ ਦੇਖ ਕੇ ਆਉਂਦੇ ਜਾਂਦੇ ਲੋਕ ਦੇਖ ਦੇਖ ਹੱਸੀ ਜਾ ਰਹੇ ਸਨ, ਕਿਉਂਕਿ ਉਹਨਾਂ ਦੀ ਮੂਰਖਤਾ ਸੀ। ਇਸ ਮੂਰਖਤਾ ਹੀ ਤੇ ਹੀ ਲੋਕ ਜਿਹੜੇ ਸੀਗੇ ਹੱਸ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਉਂਦੇ ਜਾਗਦੇ ਖੋਤੇ ਨੂੰ ਆਪਣੇ ਮੋਢਿਆਂ ਉੱਪਰ ਟੰਗਿਆ ਹੋਇਆ ਹੈ। ਉਹਨਾਂ ਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਹਨਾਂ ਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ। ਲੋਕਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ। ਜਦੋਂ ਲੋਕ ਆਲੇ ਦੁਆਲੇ ਖੜੇ ਹੋ ਕੇ ਉੱਚੀ ਉੱਚੀ ਹੱਸ ਰਹੇ ਸੀ ਤਾਂ ਨੈਚੁਰਲੀ ਆ ਖੋਤਾ ਦਾ ਪੁੱਠਾ ਲਟਕ ਰਿਹਾ ਸੀ, ਉਹ ਘਬਰਾ ਗਿਆ। ਉਹਨੇ ਸ਼ੋਰ ਨਹੀਂ ਸੀ ਸੁਣਿਆ ਪਹਿਲਾਂ, ਉਸਨੇ ਥੋੜੀ ਜਿਹੀ ਹਿਲਜੁਲ ਕੀਤੀ, ਮੀਨਸ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਤਾਂ ਡਾਂਗ ਜਿਹੜੀ ਸੀਗੀ ਉਹਨਾਂ ਦੇ ਮੋਢਿਆਂ ਤੋਂ ਫਿਸਲ ਕੇ ਹੇਠਾਂ ਵਗਦੀ ਨਦੀ ਵਿੱਚ ਗਿਰ ਗਈ। ਤੇ ਉਹਦੇ ਨਾਲ ਕੌਣ ਗਿਰ ਗਿਆ? ਖੋਤਾ। ਖੋਤਾ ਜਿਹੜਾ ਸੀਗਾ ਉਹ ਡਾਂਗ ਸਮੇਤ ਉਸ ਪਾਣੀ ਦੇ ਵਿੱਚ, ਉਸ ਨਦੀ ਦੇ ਵਿੱਚ ਡਿੱਗ ਗਿਆ। ਦੋਹਾਂ ਦੇ ਦੇਖਦਿਆਂ ਦੇਖਦਿਆਂ ਖੋਤਾ ਪਾਣੀ ਦੇ ਤੇਜ ਵਹਿਣ ਵਿੱਚ ਰੁੜ ਗਿਆ। ਉਹ ਪਿਓ ਪੁੱਤ ਜਿਹੜੇ ਸੀਗੇ ਉਹ ਹੱਕੇ ਬੱਕੇ ਹੈਰਾਨ, ਹੈਰਾਨ ਹੋ ਕੇ ਦੇਖਦੇ ਹੀ ਰਹਿ ਗਏ ਕਿ ਇਹ ਹੋ ਗਿਆ, ਕਿ ਉਹਨਾਂ ਦੇ ਕੋਲ ਖੋਤਾ ਤਾਂ ਸੀ ਪਰ ਉਹ ਹੁਣ ਖੋਤਾ ਵੀ ਉਹਨਾਂ ਦੇ ਕੋਲ ਨਹੀਂ ਰਿਹਾ ਸੀ, ਕਿਉਂਕਿ ਉਹਨਾਂ ਨੇ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪਣਾ ਹੀ ਨੁਕਸਾਨ ਆਪ ਕਰਵਾ ਲਿਆ ਸੀ, ਜਿਸ ਕਰਕੇ ਹੁਣ ਜਿਹੜੇ ਉਹ ਦੋਨੋਂ ਹੀ ਹੈਰਾਨ ਹੋ ਕੇ ਦੇਖਦੇ ਰਹਿ ਗਏ। ਕਿਸਾਨ ਆਪਣਾ ਸਿਰ ਫੜ ਕੇ ਬਹਿ ਗਿਆ ਤੇ ਸੋਚਣ ਲੱਗਾ ਕਿ ਮੈਂ ਹਰ ਰਾਹ ਜਾਂਦੇ ਨੂੰ ਖੁਸ਼ ਕਰਨ ਦਾ ਯਤਨ ਕਰਦਾ ਰਿਹਾ ਅਤੇ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਿਆ। ਕਹਿੰਦਾ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੂੰ ਵੀ ਮੈਂ ਖੁਸ਼ ਨਾ ਕਰ ਸਕਿਆ, ਕਿਸੇ ਨੂੰ ਵੀ ਖੁਸ਼ ਕਰਨ ਦੇ ਵਿੱਚ ਕਾਮਯਾਬ ਨਾ ਹੋ ਸਕਿਆ, ਉਲਟਾ ਆਪਣਾ ਹੀ ਮੈਂ ਨੁਕਸਾਨ ਕਰਵਾ ਲਿਆ। ਚੰਗਾ ਹੁੰਦਾ ਜੇ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ। ਕਹਿੰਦਾ ਮੇਰੇ ਲਈ ਚੰਗਾ ਕੀ ਸੀ ਕਿ ਮੈਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ ਤੇ ਆਪਣੇ ਦਿਮਾਗ ਦੀ ਵਰਤੋਂ ਹੀ ਕਰਦਾ ਤੇ ਆਪਣੀ ਮਰਜ਼ੀ ਕਰਦਾ, ਲੋਕਾਂ ਦੇ ਬਹਿਕਾਵੇ ਵਿੱਚ ਨਾ ਆਉਂਦਾ ਤਾਂ ਘੱਟੋ ਘੱਟ ਮੇਰਾ ਨੁਕਸਾਨ ਨਾ ਹੁੰਦਾ। ਫਿਰ ਉਸਨੂੰ ਰਿਲਾਈਜ਼ ਹੁੰਦਾ ਆ ਕਿ ਉਹ ਹੁਣ ਤੱਕ ਜੋ ਵੀ ਕੰਮ ਕਰਦਾ ਰਿਹਾ ਆ ਉਹ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਹੀ ਕਰਦਾ ਰਿਹਾ ਔਰ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਹੀ ਉਸਨੇ ਆਪਣਾ ਖੋਤਾ ਗਵਾ ਕੇ ਨੁਕਸਾਨ ਕਰਵਾ ਲਿਆ ਸੀ। ਸੋ ਬੇਟਾ ਇਹ ਉਹਨੂੰ ਗਲਤੀ ਹੋਣ ਤੋਂ ਬਾਅਦ ਮਹਿਸੂਸ ਹੋ ਰਿਹਾ ਸੀ ਜਦੋਂ ਉਹਦਾ ਨੁਕਸਾਨ ਹੋ ਗਿਆ ਸੀ। ਇਹ ਸੀਗੀ ਆਪਣੀ ਕਹਾਣੀ ਕਿ ਕਿਸ ਤਰ੍ਹਾਂ ਇਨਸਾਨ ਜਦੋਂ ਇਹ ਸੋਚਦਾ ਆ ਕਿ ਮੇਰੇ ਬਾਰੇ ਜੇਕਰ ਮੈਂ ਇੱਦਾਂ ਕਰਾਂਗਾ ਤਾਂ ਲੋਕੀ ਕੀ ਕਹਿਣਗੇ, ਜੇ ਮੈਂ ਇੰਜ ਕਰਦਾ ਹਾਂ ਤਾਂ ਲੋਕ ਮੇਰੇ ਬਾਰੇ ਕੀ ਸੋਚਣਗੇ। ਜਦੋਂ ਬੇਟਾ ਅਸੀਂ ਇਹੀ ਸੋਚਦੇ ਰਹਿ ਜਾਈਏ ਤਾਂ ਅਸੀਂ ਆਪਣਾ ਨੁਕਸਾਨ
हमेशा ही करवा बैठते हैं, असी चंगा सोचते सोचते अपना ही बुरा करवा लेंगे। सो सानू ज्यादा लोगों के मगर लगना नहीं चाहिए, सगो अपने दिमाग की वरतों भी करनी चाहिए है। ये सी अपनी कहानी कि सारा जग जितया नहीं जाता, भाव असी सारे संसार नू खुश रख नहीं सकते। कहानी का सिरलेख भी सबनों समझ लग गया, कहानी भी सारे नू समझ लग गई होगी। अगे है दिती हुई बेटा जी अपनी बैक एक्सरसाइज। बैक एक्सरसाइज के विच सानू दिता है कि पहला क्वेश्चन है, कुड़ियां किसान ते उसके पुत्र नू देख के क्यों हसिया सन। कुड़ियां किसान ते उसके पुत्र नू देख के इसलिए हसिया सन क्योंकि उन्होंने कोल खोता होने के बावजूद भी वह दोनों प्यो पुत्र उस खोते दे पिछे पिछे तुर के जा रहे सन, उन्हां दी सवारी नहीं कर रहे सी। पिता ते पुत्र ने खोते नू मोड़ियां ते क्यों चुकिया सी। पिता ते पुत्र ने खोते नू मोड़ियां ते इसलिए चुकिया सी क्योंकि राह जांदा हर कोई व्यक्ति उन्हां नू वारी वारी सवारी करन ते कुछ ना कुछ कह रहा सी। लोकां दा मुंह बंद करन दे लई उदा ने खोते नू दोहां पासियां तो दो दो लत्तां नू बन लिया ते विच दियां डांग अड़ा के प्यो पुत ने उसनू अपने मोढ़ियां ते चुक लिया। दरिया दे पुल ते आके की वापरिया, जदों दोने प्यो पुत खोते नू चक्की दरिया दे पुल दे पहुंचे तां उत्थों जाण वाले लोग उन्हां नू देख के हसन लगे। खोता उन्हां लोकां दी हसन दी आवाज सुन के घबरा गया। ज्यों ही उसने कुछ हिलजुल कीती तां डांग खोते समूहित उन्हां दे मोढ़ियां तो फिसल के नदी विच डिग गई, जिस नाल की होया खोता जिहड़ा सीगा उह पानी दे तेज बहा दे नाल बह गया। प्यो पुत्र दा नुकसान क्यों होया? प्यो पुत्र दा नुकसान इस लई होया क्योंकि प्यो पुत्र ने अपने दिमाग की वरतों नहीं की सी ते सगों लोकां दे मगर लग के उन्हां नू ही खुश करन दी कोशिश करदे रहे सन। लास्ट क्वेश्चन है, इस कहानी तो सानू की सिक्ख्या मिलदी है? हाँ जी अनमोल बेटा, अनमोल अनम्यूट योर सेल्फ। अनमोल यस बच्चे, अनमोल वेयर आर यू? अनमोल यस, अनमोल नहीं है? हाँ जी हाँ जी, म्यांक म्यांक अनम्यूट योर सेल्फ। म्यांक अनम्यूट योर सेल्फ बेटा। हाँ जी म्यांक बोलो, अनम्यूट करो अपने आप नू। बेटा मैं थानू क्या सी ना कि मैं थोड़े कोलो ही पूछना है कि थानू इस कहानी तो की सिक्ख्या मिली आ। यस म्यांक अनम्यूट करो अपने आप नू। हाँ जी म्यांक जी अनम्यूट करो। यस बच्चे अनम्यूट करो अपने आप नू। हाँ जी म्यांक, म्यांक अनम्यूट करो बेटा, तुसी कर सकते हो अपने आप नू अनम्यूट। तुहानू मैं राइट दिता है अनम्यूट होने का। करो हाँ जी मैम। यस हाँ जी बोलो म्यांक। मैम सानू इस कहानी तो ये समझ लगता है कि सानू दूसरियां दे गल दे मतलब करना नहीं चाहिए, सानू अपना करना चाहिए है। की करना चाहिए है? की करना चाहिए? जो साडा मन बोलता है। ਤੁਹਾਡਾ ਮਨ
ठीक गया बेटा, इतना खास आंसर बढ़िया नहीं हैगा। यस अरमान रंधावा, अरमान अनम्यूट योर सेल्फ बेटा। मैम सानू किसी री गल्ला विच नहीं आना चाहिदा। बिल्कुल सही म्यांक, क्लियर बेटा, सानू किसे दियां गल्लां विच नहीं होना चाहिदा, सानू हमेशा अपने दिमाग दी वरतों करनी चाहिदी है। क्लियर क्लियर म्यांक, हो गया सारियां नू बेटा आंसर क्लियर? हां जी बेटा, हुण थोड़ी बैक एक्सरसाइज दे विच देखो, सब ने पेज नंबर ओपन किया होया बुक का, थोड़ी बैक एक्सरसाइज दे विच दिता होया आ हेठ लिखे शब्दों नू वाकां विच वरतो। तुसी इन्हां शब्दों दे विच सवारी, तरस, आजड़ी, शर्मिंदा, हटा कट्टा, इन्हां पंज शब्दों दे तुसी वाक बनाउणे आ, प्लस जो भी थानू मैं मुहावरे अंडरलाइन करवाया उन्हां दे अर्थ भी लिखवाया, तुसी ओ सारे ही मुहावरे अपनी बुक चों लभ के उन्हां दे अर्थ भी अपनियां नोटबुक दे विच लिखणे आ। क्लियर बेटा, और जो थोड़ी है बैक एक्सरसाइज वाले क्वेश्चन है ये तुसी फाइव अपनी नोटबुक दे विच करनी है। अगे बेटा पेज नंबर 27 ते किसने किसनों कहा, देखो बुढ़े दी अकल नू, मलूक जिहा बच्चा भज भज साहो सा होया पिया है, आप नवाब बनिया खोते ते सवार होया बैठा है। किसने किसनों कहा? मनजोत कौर, मनजोत अनम्यूट योर सेल बेटा। मनजोत मैम मेनू इसका उत्तर नहीं पता क्योंकि किसी नेटवर्क दी समस्या करके मेनू चैप्टर नहीं क्लियर होया। कोई गल नहीं पुत्र जी, लिख लियो। यस युविका, युविका अनम्यूट योर सेल बेटा। हां जी युविका अनम्यूट करो अपने आप नु। युविका जी मैं थानू अनम्यूट करन लई कहा सी बच्चे। यस नील अरोड़ा, नील नील अनम्यूट योर सेल्फ। नील मैम, हां जी चरान बोलो। चरान वाले मुंडे दे प्यो नु कहा, केने क्या सीगा दोबारा बोलो। पेड़ा चर... हां पेड़ा चरोण वाले दो आजड़ियां ने आपस विच एक दूजे नु कहा। अगन म्यूट योर सेल्फ। यस देखो इस मुंडे नु हटा कट्टा, आप तो खोते दे चढ़िया बैठा है ते बुड्ढा प्यो लत्तां घसीटदा जांदा है। अज दे मुंडिया नु मां प्यो दा रता ध्यान नहीं। किसने किस नु कहा, किसने किस नु कहा? हर्षप्रीत, हर्षप्रीत चावला अनम्यूट योर सेल्फ। मैम दोवें आदमियां ने प्यो नु देख के आपस विच गल कीती। हाँ दोवां आदमियां ने आपस विच एक दूजे नु, क्लियर हो गया बेटा, दोनों आदमियां ने आपस विच एक दूजे नु। सो बेटा ये तुसी अपनियां बुक दे विच ही कर लेनी है दोनों। हुण तो सानू सब नु पता चल गया तुसी अपनी नोटबुक ते की करना है। जो ती मैडम ने थानू बुक दे विच मुहावरे अंडरलाइन कराया उन्होंने लब के उन्होंने अर्थ भी लिखने और मुहावरे भी लिखने ने, प्लस बैक एक्सरसाइज वाले क्वेश्चन आंसर, प्लस वाकां विच वरतो। क्लियर बेटा, इस कहानी नू दोबारा एक बारी जरूर पढ़ियो और फिर बेटा तुसी इस कहानी तो पढ़ के अपने क्वेश्चन आंसर जेड़े है क्या वो करने आ। क्लियर बच्चे, थैंक यू वेरी।